ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਇਸ ਮਸ਼ਹੂਰ ক্রিকেট ਖਿਡਾਰੀ ਦੇ ਬਾਰੇ ਆਈ ਮਾਰੀ ਖਬਰ ਪ੍ਰਸ਼ੰਸ਼ਕ ਕਰ ਰਹੇ ਨੇ ਦੁਆਵਾ ਮਾ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਗੱਲ ਕਰ ਰਹੇ ਹਾਂ ਜੀ ਸ਼ਾਨਦਾਨ ਆਲਰਾਊਂਡਰ ਖਿਡਾਰੀ ਕ੍ਰਿਸ ਕਰਨਸ ਦੀ ਉਹਨਾਂ ਦੀ ਹਾਲਤ ਬੇਹੱਦ ਖਰਾਬ ਦੱਸੀ ਜਾ ਰਹੀ ਉਹ ਇਲਾਜ ਦੇ ਅਧੀਨ ਹਨ ਸਭ ਤੋਂ ਪਹਿਲਾਂ ਉਹ ਤਸਵੀਰ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਜੀ ਮਸ਼ਹੂਰ ਖਿਡਾਰੀ ਜਿਹੜੇ ਕ੍ਰਿਸ ਗੈਨਲੈਂਡ ਨੇ ਉਹਨਾਂ ਦੀ ਤਸਵੀਰ ਤੁਹਾਡੇ ਸਾਹਮਣੇ ਆ ਸੋ ਵੱਡੀ ਖਬਰ ਹੈ ਜੀ ਜਿਹੜੇ ਆਲ ਰਾਊਂਡਰ ਸੀਗੇ ਕ੍ਰਿਸ ਕੈਰਨਜ਼ ਖਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸ਼ਕ ਬੇਹੱਦ ਚਿੰਤਾ ਵਿੱਚ ਹਨ ਨਿਊਜ਼ੀਲੈਂਡ ਟੀਮ ਦੇ ਸਾਬਕਾ ਖਿਡਾਰੀ ਕ੍ਰਿਸ ਕਰਨਜ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਦੇ ਚੱਲਦੇ ਹਸਪਤਾਲ ਵਿੱਚ ਪੜਤੀ ਹਨ ਤੇ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਆਪਣੇ ਕਰੀਅਰ ਵਿੱਚ ਉਹਨਾਂ ਨੇ ਬਹੁਤ ਸਾਰੇ ਮੈਚ ਖੇਡੇ ਵੱਡੀਆਂ ਮੱਲਾਂ ਮਾਰੀਆਂ ਪਰ ਇਸ ਵੇਲੇ 51 ਸਾਲ ਦੀ ਉਮਰ ਵਿੱਚ ਉਹਨਾਂ ਦਿਲ ਦੀ ਬਿਮਾਰੀ ਦਾ ਉਹ ਸਾਹਮਣਾ ਕਰ ਰਹੇ ਨੇ ਤੇ ਇਲਾਜ ਦੇ ਅਧੀਨ ਹਨ ਹੁਣ ਤੱਕ ਇਸ ਖਿਡਾਰੀ ਦੇ ਬਹੁਤ ਵੱਡੇ ਆਪਰੇਸ਼ਨ ਹੋ ਚੁੱਕੇ ਨੇ ਪਰ ਸਰੀਰ ਕੋਈ ਵੀ ਜਵਾਬ ਨਹੀਂ ਦੇ ਰਿਹਾ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਿਸ ਕਰਕੇ ਪ੍ਰਸ਼ੰਸਕਾਂ ਦੀ ਚਿੰਤਾ ਹੋਰ ਵੱਧ ਗਈ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਖਿਡਾਰੀ ਇਸ ਵੇਲੇ ਲਾਈਫ ਸਪੋਰਟ ਤੇ ਆ ਉਹਨਾਂ ਦਾ ਸਰੀਰ ਬਿਲਕੁਲ ਵੀ ਜਵਾਬ ਨਹੀਂ ਦੇ ਰਿਹਾ ਉਹਨਾਂ ਨੇ ਆਪਣੇ ਖੇਡਾਂ ਦੇ ਸਬੱਤ ਵਿੱਚ 218 ਵਿਕਟਾਂ ਲਈਆਂ ਤੇ ਉੱਤੇ ਹੀ 3220 ਤੋਂ 320 ਸਕੋਰ ਵੀ ਬਣਾਏ ਉਹਨਾਂ ਦੇ ਚਾਹਣ ਵਾਲੇ ਬਹੁਤ ਹਨ ਤੇ ਸਾਰੀ ਖਬਰ ਸੁਣਨ ਤੋਂ ਬਾਅਦ ਲੋਕ ਬੇਹੱਦ ਦੁਖੀ ਹਨ ਉਹਨਾਂ ਦੇ ਚਾਹਣ ਵਾਲੇ ਗਮ ਦੇ ਮਾਹੌਲ ਵਿੱਚ ਹਨ